क्या बात है पापा जी, कुड़ा दे नाड़ा जा नोड़े सो हुण पूरा जोरा शोरा ते चाची जी खड़े नाल। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਕੀ ਹਾਲ ਚਾਲ ਸਾਰਿਆਂ ਦਾ? ਤੇ ਅੱਜ ਆਪਾਂ ਚੱਲੇ ਹਾਂ ਪਾਰਟੀ ਤੇ। ਪਾਰਟੀ ਕਿਹੜੀ ਤੇ ਚੱਲੇ ਹਾਂ ਉਹ ਤੁਹਾਨੂੰ ਦੱਸਦੇ ਹਾਂ ਆਪਾਂ। ਕਿ ਤੁਹਾਨੂੰ ਪਤਾ ਵਾ ਕਿ ਜਿਵੇਂ ਆਂਟੀ ਜੀ ਸਰਪੰਚ ਬਣ ਗਏ ਆ, ਤੇ ਅੱਜ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀਗਾ ਪਾਰਟੀ ਤੇ, ਤੇ ਆਪਾਂ ਸਾਰੀ ਫੈਮਿਲੀ ਚੱਲੇ ਹਾਂ ਉੱਧਰ। ਤੇ ਉਹਨਾਂ ਨੂੰ ਨਾਲੇ ਵਧਾਈਆਂ ਦੇਵਾਂਗੇ ਤੇ ਨਾਲੇ ਪਾਰਟੀ ਇੰਜੋਏ ਕਰਾਂਗੇ। ਤੇ ਹੁਣ ਆਪਾਂ ਵਲੌਗ ਸ਼ੁਰੂ ਨਹੀਂ ਕੀਤਾ ਸੀ ਘਰੇ, ਤੇ ਹੁਣ ਆਪਾਂ ਸ਼ੁਰੂ ਕਰ ਲਿਆ ਤੇ ਆਪਾਂ ਪਹੁੰਚਣ ਹੀ ਵਾਲੇ ਆ। ਜਾ ਕੇ ਤੁਹਾਨੂੰ ਆਪਾਂ ਉਹਨਾਂ ਸਾਰਿਆਂ ਨਾਲ ਮਿਲਾਨੇ ਆ, ਨਾਲੇ ਪਾਰਟੀ ਦਿਖਾਉਂਦੇ ਆ। ਫਾਈਨਲੀ ਆਪਾਂ ਹੁਣ ਪਹੁੰਚਣ ਲੱਗੇ ਆ ਦਾ ਪੰਜਾਬ ਸਾਡਾ ਪੰਜਾਬ ਵਿੱਕੀ ਭਾਈ ਹੋਣਾ ਕੋ, ਕਵਲ ਵੀਰ ਹੋਣਾ ਕੋ। ਤੇ ਪਾਰਟੀ ਲਗਭਗ ਸ਼ੁਰੂ ਹੋ ਹੀ ਗਈ ਆ, ਤੇ ਅਸੀਂ ਜਸਟ ਪਹੁੰਚ ਕੇ ਤੇ ਫਿਰ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਂਦੇ ਆ। ਤੇ ਅਸੀਂ ਸਾਰੇ ਫੈਮਿਲੀ ਜਾ ਰਹੇ ਹਾਂ ਅੱਜ, ਤੇ ਕਿਉਂਕਿ ਸਾਨੂੰ ਇਨਵਾਈਟ ਕੀਤਾ ਸੀ ਉਹਨਾਂ ਨੇ, ਤੇ ਸਾਰਿਆਂ ਨੇ ਵਧਾਈ ਦਿੱਤੀ ਆ। ਸਾਰੇ ਜਾਣੇ ਜ਼ਰੂਰ ਆਇਓ, ਸਾਰੀ ਫੈਮਿਲੀ ਆਇਓ। ਸੋ ਅੱਜ ਆਪਾਂ ਟਾਈਮ ਕੱਢ ਕੇ ਤੇ ਸਪੈਸ਼ਲੀ ਉਹਨਾਂ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਹਾਂ ਤੇ ਵਧਾਈ ਦੇਣ ਜਾ ਰਹੇ ਹਾਂ। ਠੀਕ ਹੈ ਜੀ, ਚਲੋ ਮਿਲਦੇ ਹਾਂ। ਫੋਨ ਚੱਲੇ ਆ ਸੰਦੀਪ ਜੀ ਦੇ ਉਹਨਾਂ ਬਹੁਤੀਆਂ ਵਧਾਈਆਂ। ਸੋਹਣੀ ਲੱਗੀ ਆ ਗੱਡੀ ਦਾ ਪਾ। ਚਲੋ ਆ ਜਾਓ। ਹੋਰ ਠੀਕ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸੋ ਹੁਣ ਸਾਰੇ ਜਾਣੇ ਆਂਟੀ ਹਣਾ ਨੂੰ ਕਹਿ ਸਕਦੇ ਹਾਂ ਕਿ ਪਰਿਵਾਰ ਸਾਰਾ ਰਲ ਕੇ ਆਸ਼ੀਰਵਾਦ ਵੀ ਦੇ ਰਿਹਾ, ਅਤੇ ਅੰਕਲ ਜੀ ਹੁਣੇ ਹਾਰ ਪਾ ਰਹੇ ਨੋਟਾਂ ਵਾਲਾ, ਅਤੇ ਚਾਚਾ ਜੀ ਪਤਾ ਨਹੀਂ ਕਿਸ ਨੂੰ ਆਵਾਜ਼ ਮਾਰ ਰਹੇ ਸੀ, ਉਹ ਆ ਜਾ ਬਈ ਆ ਜਾ। ਸੋ ਇੱਥੇ ਦੋ ਚਾਰ ਮਿੰਟ ਲੱਗਣੇ ਆ, ਅਤੇ ਬਟ ਮੈਂ ਛੋਟਾ ਜਿਹਾ ਕਲਿੱਪ ਮਤਲਬ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਅਤੇ ਸਾਰਿਆਂ ਨੇ ਬੜਾ ਇੰਜੋਏ ਕੀਤਾ, ਅਤੇ ਸਾਰਿਆਂ ਨੇ ਫੋਨ ਕੱਢ ਲਏ ਆ। ਪੱਤਰਕਾਰ ਘੱਟ ਸੀ ਇੱਥੇ, ਅਤੇ ਵਲੌਗਰ ਸਾਰੇ ਆਪਣੇ ਹੈਗੇ ਆ, ਧੂਮਧਾਮ ਨਾਲ ਵੀਡੀਓ ਬਣਾ ਰਹੇ ਆ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਤੇ ਜੈਕਾਰੇ ਲੱਗ ਰਹੇ ਆ ਜੀ। ਅਤੇ ਬਹੁਤ ਵਧੀਆ ਲੱਗਾ ਇੱਥੇ ਆ ਕੇ, ਅਤੇ ਬਹੁਤ ਟਾਈਮ ਬਾਅਦ ਮਤਲਬ ਆਪਾਂ ਆਏ, ਕਿਉਂਕਿ ਥੋੜ੍ਹਾ ਸ਼ੈਡਿਊਲ ਵੀ ਸਾਰਿਆਂ ਦਾ ਬਿਜ਼ੀ ਚੱਲ ਰਿਹਾ ਸਾਡਾ, ਅਤੇ ਵਧੀਆ ਲੱਗਾ। ਸਪੈਸ਼ਲੀ ਅੰਕਲ ਜੀ ਹੋਣਾਂ ਦਾ ਥੈਂਕਸ, ਆਂਟੀ ਜੀ ਦਾ ਥੈਂਕਸ, ਅਤੇ ਸਾਰੇ ਪਰਿਵਾਰ ਦਾ, ਵਿੱਕੀ ਬਾਈ ਦਾ, ਕਮਲ ਵੀਰ ਦਾ, ਸੰਦੀਪ ਦੀਦੀ, ਪ੍ਰੀਤੀ ਦੀ, ਅਤੇ ਵਧੀਆ ਲੱਗਾ। ਸੋ ਇੱਥੇ ਸਾਰੇ ਕਿੰਨਾ ਖੁਸ਼ ਨਜ਼ਰ ਆ ਰਹੇ ਨੇ, ਅਤੇ ਬਹੁਤ ਇੱਕ ਵੱਖਰਾ ਨੂਰ ਦੋਵਾਂ ਜੀਆਂ 'ਤੇ ਦੇਖਣ ਨੂੰ ਮਿਲਿਆ। ਸੋ ਇੱਥੇ ਹੁਣ ਚਾਚਾ ਜੀ ਕਾਹਲੇ ਪੈ ਗਏ, ਚਲੋ 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 ਚਲੀਏ ਜੀ, ਚਲੀਏ ਬਾਹਰ ਪਿੰਡ ਦਾ ਗੇੜਾ ਮਾਰ ਕੇ ਆਈਏ। ਇੱਧਰ ਫਿਰ ਢੋਲ ਵਾਲੇ ਨੇ ਡਗਾ ਕੱਸ ਲਿਆ ਆਪਣਾ, ਅਤੇ ਚਲੋ ਜੀ ਤਿਆਰੀ ਹੋ ਗਈ ਆ। ਅਤੇ ਬਾਬਾ ਜੀ ਨੇ ਨੋਟ ਕੱਢਦੇ ਹੋਏ ਢੋਲੀ ਨੂੰ ਫੜਾਉਂਦੇ ਹੋਏ, ਕਿਆ ਬਾਤ ਹੈ ਪਾਪਾ ਜੀ, ਇੱਕ ਫੜਾ ਦਿਓ ਨਾੜਾ ਜਾਂ ਨੋੜ ਜੀ। ਹੁਣ ਅੰਕਲ ਆਂਟੀ ਆ ਗਏ ਆ ਪਿੰਡ ਦਾ ਚੱਕਰ ਮਾਰ ਕੇ, ਢੋਲ ਦੇ ਨਾਲ ਗੱਜ ਵੱਜ ਕੇ ਸਾਰੇ ਆ ਰਹੇ ਨੇ।
सो सारे पिंड वाले ने बहुत ज़्यादा प्यार किया, सारे ने वेलकम किया साढ़े सरपंच साहब का, तो करंटी उन्होंने वेलकम किया सारे पिंड ने, तो बड़ी एक खुशी प्रगट की सारे ने कि एक वधिया सूझन पिंड सरपंच मिलया है ना। तो बाकी उम्मीद है सारे कि इन्होंने तो वैसे भी शुरू तो ही मतलब जो सरपंच नहीं सी उदों ही पिंड का यह सोचते सी पर हम सब ज़्यादा सोचेंगे है ना। तो बाकी वो कौन वेखो वेखो प्रीति भैन मेरे खान नाल नोट खड़ी जी हार मैनू फड़ा दो मैनू फड़ा दो मैनू फड़ा दो मैं सामभ ला भैन कोई गल नहीं सामभली सामभली कोई गल नहीं भैन कट के कर ले चलो कोई गल नहीं। सो लो जी बीबिया भैन सारी गालियां पै गई कहते भी हम बस गेड़ा दे 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 ला गेड़ा दे ला गेड़ा ढोली ने भी डगा कस लिया पूरा आह कमाल कमाल चाचा जी पूरे जोर शोर क्या बात है क्या बात है। ओहो संदीप दीदी संदीप दीदी वाह 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 क्या बात ढोली का भी जोर इतने तो कहने हवाई तान चलानी चला ठान दी है आखो वेखो स्लो मोशन च वेखो ती मैनू तो ए लगा कि जिदा ना मैं दोबारा अज बॉर्डर फिल्म वेख ली आ। सो तुसी देख सकते हो कि हवाई तानू जानी ही हवाई तो वह कि अगला जो बंब हों आके सीधा ही थले डिग गया तो वह काना मेरे ख्याल पिछे रह गया ए ए ए ए, ए, ए आओ वेखो गड्डी लागे वो पता नहीं पिछे कौन कि वीर ही जो लागे चलिया ए आओ तू आ उठ गया जी ओहो मसा ही बचाओ आ मैनू तो लगता ढोल वाला भाई डर गया ही है चल कोई गल नहीं वीर सारे वेखो उपर वेख लग गए फिर इतने सारे ने मना किया भरा बस करो ना चलाओ ओ वेखो संदीप दीदी कहते भरा होके चला लो वेखो नाल हुण सारे डांस भी करी जाते हैं तो नाल डर भी है कि उपरों आ ही ना जाए कुछ। सो बाकी नाल ढोल वाले भाजी ने फिर डगा ए जोर शोर से रखिया तो प्रीति भैन आ गई आ प्रीति भैन को कोई बोली नहीं सोचती पई तो बोली कहते भाजी कड़ी बोली पाव रुको 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 इधर फरमान भी लै भी पूरा इंजॉय कर रहा वेखन डा दादी नाल ते सो इधर हूँ पूरा जोर शोर से चाची जी हमने नाल प्रीति दीदी ने क्या बात सो तरन कहती मैं को पिछे रह ला तो संदीप दीदी ने प्रीति दीदी लै गए तरन भी तो इधर भूआ जी कहते फिर रुक जा बोली आई हाँ चलो शुरू हो गई क्या बात बोली मैंने खैर पता नहीं लगी कभी बोली है तो तरन भी नाल पूरा योगदान क्या बात है गिद्धे पूरा पैर जमाती हुई गिद्धिया की रानी क्या बात है क्या बात। सो आंटी जी भी साढ़े सरपंच साहब भी पूरा योगदान बीबिया के दे रहे हैं क्या बात है तो कोई आई बोली हाँ 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 वाह 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 ए आ लो जी भूआ जी उन्हें भी पूरा जोरा शोरा दे वाह जी वाह। सो बहुत ज़्यादा इंजॉय कर रहे नाल नाल ब्लॉग भी चल रहे हैं ब्लॉगर के तो मज़ा आया है ना सारे ने बड़ा इंजॉय किया आप भी इंजॉय किया वाह 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 जी वाह संदीप दीदी पूरे खुश नज़र आ रहे हैं ये दोवें तरन तो संदीप दीदी एक जी लगन डे इन्हों शायद एक एक फट्टी चाहिए है थले होके उच्चे होके वेख रहे हैं चलो कोई गल नहीं तरन कहते मैं भी थोड़ा जहा नचला है ना संदीप दीदी कल कोई बोली लो जी हूँ आप अपने भूआ जी घर आ गए हैं उतों छेती खाना खा के तो भूआ जी वाल जाना सी क्योंकि आप शाम नू अरपन नू थोड़ा चेक करवाना सी क्योंकि अरपन अज थोड़ी जी ठीक नहीं सी तो डॉक्टर को अपॉइंटमेंट लई सी। सो चैनल नू तुसी सारे जने सबसक्राइब कर लियो तो लाइक करो शेयर करो कमेंट करो तो सबसक्राइब करो डन डन करो किदा किदा डन किदा किदा डन दसो मैं डन करो किदा किदा डन यस इत्थे रख डन।